ਮਾਈਨਿੰਗ ਦੇ ਦੋਸ਼ਾਂ ਹੇਠ ਦਿੱਤੇ ਪਰਚੇ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਅਤੇ ਜੇਸੀਬੀ ਮਾਲਕਾਂ ਨੇ ਪਿੰਡ ਪਥਰਾਲਾ ਤੋਂ ਬਠਿੰਡਾ ਤੱਕ ਜੇਸੀਬੀ ਮਸ਼ੀਨਾਂ ਰਾਹੀਂ ਕੀਤਾ ਰੋਸ ਮਾਰਚ। ਬਠਿੰਡਾ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਪਰਚਾ ਰੱਦ ਕਰਨ ਦੀ ਕੀਤੀ ਮੰਗ। ਦੱਸ ਦਈਏ ਕਿ ਬੀਤੇ ਦਿਨ ਪਹਿਲਾਂ ਮਾਈਨਿੰਗ ਦੇ ਦੋਸ਼ਾਂ ਹੇਠ ਮਾਈਨਿੰਗ ਅਫਸਰ ਵੱਲੋਂ ਪੁਲਿਸ ਚੌਂਕੀ ਪਥਰਾਲਾ ਵਿਖੇ ਪਿੰਡ ਜੱਸੀ ਬਾਗਵਾਲੀ ਦੇ ਕਿਸਾਨਾਂ ਅਤੇ ਜੇਸੀਬੀ ਮਾਲਕਾਂ ਖਿਲਾਫ਼ ਪਰਚਾ ਦਰਜ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਇਸ ਪਰਚੇ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਅਤੇ ਜੇਸੀਬੀ ਮਾਲਕਾਂ ਵੱਲੋਂ ਪੁਲਿਸ ਚੌਂਕੀ ਪਥਰਾਲਾ ਅੱਗੇ ਵੀ ਧਰਨਾ ਦਿੱਤਾ ਜਾ ਰਿਹਾ ਹੈ। ਇਸੇ ਨੂੰ ਲੈ ਕੇ ਅੱਜ ਕਿਸਾਨਾਂ ਅਤੇ ਜੇਸੀਬੀ ਮਾਲਕਾਂ ਨੇ ਆਪਣੀਆਂ ਮਸ਼ੀਨਾਂ ਲੈ ਕੇ ਪੁਲਿਸ ਚੌਂਕੀ ਪਥਰਾਲਾ ਤੋਂ ਸ਼ੁਰੂ ਕਰਕੇ ਬਠਿੰਡਾ ਤੱਕ ਇਸ ਪਰਚੇ ਨੂੰ ਰੱਦ ਕਰਵਾਉਣ ਲਈ ਇੱਕ ਮਾਰਚ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜੇਸੀਬੀ ਮਸ਼ੀਨ ਯੂਨੀਅਨ ਦੇ ਪ੍ਰਧਾਨ ਭਜਨ ਲਾਲ ਅਤੇ ਕਿਸਾਨ ਯੂਨੀਅਨ ਉਗਰਾਹਾ ਦੇ ਆਗੂ ਇਕਬਾਲ ਸਿੰਘ ਪਥਰਾਲਾ ਅਤੇ ਧਰਮਪਾਲ ਸਿੰਘ ਨੇ ਕਿਹਾ ਹੈ ਕਿ ਇਸ ਮਾਰਚ ਰਾਹੀਂ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹਾਂ ਕਿ ਅਗਰ ਜੇਕਰ ਪ੍ਰਸ਼ਾਸਨ ਵੱਲੋਂ ਇਸ ਪਰਚੇ ਨੂੰ ਰੱਦ ਨਾ ਕੀਤਾ ਗਿਆ ਤਾਂ ਉਹ ਪੰਜਾਬ ਲੈਵਲ 'ਤੇ ਸੰਘਰਸ਼ ਕਰਨਗੇ। ਇਹ ਮਾਮਲਾ ਜੀ ਜਿਹੜਾ ਇਹ ਨਜਾਇਜ਼ ਮਾਈਨਿੰਗ ਦੇ ਨਾਂ 'ਤੇ ਇਹਨਾਂ ਨੇ ਝੂਠੇ ਪਰਚਾ ਕਰਿਆ ਜੱਸੀ ਪਿੰਡ ਦੇ ਵਿੱਚ, ਇੱਕ ਟਰਾਲੇ ਵਾਲੇ ਅਤੇ ਇੱਕ ਮਾਲਕ 'ਤੇ ਜ਼ਮੀਨ ਦੇ ਅਤੇ ਜੇਸੀਬੀ 'ਤੇ। ਉਹਨਾਂ ਨੂੰ ਸਾਨੂੰ ਅੱਜ 15 ਦਿਨਾਂ ਦੇ ਲਗਭਗ ਹੋ ਗਏ ਇੱਥੇ ਪਥਰਾਲਾ ਚੌਂਕੀ 'ਚ ਬੈਠਿਆਂ ਨੂੰ, ਸਾਡੀ ਕਿਸੇ ਵੀ ਅਧਿਕਾਰੀ ਨੇ ਸੁਣਾਈ ਨਹੀਂ ਕਰੀ ਇੱਥੇ। ਪਰ ਅੱਜ ਅਸੀਂ ਡੀਸੀ ਦਫ਼ਤਰ ਜਾ ਰਹੇ ਹਾਂ, ਉਹਨਾਂ ਨੂੰ ਮੰਗ ਪੱਤਰ ਵੀ ਦੇਣਾ ਹੈ ਅਤੇ ਨਹੀਂ ਫਿਰ ਸਾਨੂੰ ਜੇ ਹੋ ਸਕਿਆ ਤਾਂ ਅਸੀਂ ਡੀਸੀ ਦਫ਼ਤਰ ਦਾ ਘਿਰਾਓ ਵੀ ਕਰਾਂਗੇ ਅਤੇ ਮਾਈਨਿੰਗ ਅਫਸਰ ਨੂੰ ਵੀ ਜ਼ਰੂਰ ਅਸੀਂ ਦੱਸਾਂਗੇ ਵੀ ਇਹ ਜਿਹੜੀਆਂ ਸਰਕਾਰ ਦੀਆਂ ਵਧੀਕੀਆਂ ਨਾ ਇਹ ਕਿਸੇ ਦੀਆਂ ਸ਼ਿਕਾਇਤਾਂ 'ਤੇ ਨਾ ਕਰੋ। ਸਾਡੇ 10-10 ਉੱਚੇ ਟਿੱਬੇ ਪਏ ਆ, 10-10 ਫੁੱਟ ਉੱਚੇ, ਉਹਨਾਂ ਨੂੰ ਤਾਂ ਅਸੀਂ ਚੱਕਣਾ ਹੀ ਆ। ਉਹਨਾਂ ਦੇ ਨਾਂ 'ਤੇ ਇਹ ਨਜਾਇਜ਼ ਮਾਈਨਿੰਗ ਬਣਾਈ ਜਾਂਦੇ ਆ। ਜਿਹੜੀ ਇਹਨਾਂ ਦੇ ਮਾਈਨਿੰਗ ਹੁੰਦੀ ਆ ਉਹ ਇਹਨਾਂ ਦੇ ਨੱਕ ਹੇਠ ਹੋ ਹੀ ਜਾਂਦੀ ਹੈ। ਇਹਨਾਂ ਨੂੰ ਪਹਿਲੀ ਗੱਲ ਤਾਂ ਇਹ ਨਹੀਂ ਪਤਾ ਵੀ ਮਾਈਨਿੰਗ ਹੁੰਦੀ ਕੀ ਚੀਜ਼ ਹੈ। ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਜਿਹੜੇ ਇਹਨਾਂ 'ਤੇ ਝੂਠੇ ਪਰਚੇ ਬਣਾਏ ਆ ਉਹਨਾਂ ਨੂੰ ਰੱਦ ਕਰੋ ਅਤੇ ਸਾਨੂੰ ਆਪਦਾ ਕੰਮ ਕਰਨ ਦਿਓ। ਇਹ ਇੱਕ ਇੱਕ ਮਸ਼ੀਨ ਨਾਲ 10-10 ਘਰਾਂ ਦਾ ਰੁਜ਼ਗਾਰ ਖੁੱਸਿਆ ਪਿਆ ਹੈਗਾ, ਆਪਦਾ ਰੁਜ਼ਗਾਰ ਵੀ ਨਹੀਂ ਚਲਾਉਣ ਦਿੰਦੇ। ਸਰਕਾਰ ਤਾਂ ਕਹਿੰਦੀ ਸੀ ਵੀ ਅਸੀਂ ਰੁਜ਼ਗਾਰ ਦੇਵਾਂਗੇ, ਸਾਨੂੰ ਇਹ ਆਪਦਾ ਵੀ ਨਹੀਂ ਚਲਾਉਣ ਦਿੰਦੇ ਜਿਹੜਾ ਅਸੀਂ ਆਪਦਾ ਕਰਦੇ ਹਾਂ। ਅਗਲਾ ਸੰਘਰਸ਼ ਅਸੀਂ ਇੱਦੂ ਕੋਈ ਤਿੱਖਾ ਵਿੱਢਾਂਗੇ ਜਾਂ ਕੋਈ ਡੀਸੀ ਦਫ਼ਤਰ ਘੇਰ ਗਏ ਭਲਾਂ ਸਾਰਾ ਸੈਕਟਰੀਏਟਰ ਘੇਰ ਗਏ ਜਿਵੇਂ ਵੀ ਮਰਜ਼ੀ ਕਰਨਾ ਪਵੇ, ਸਾਨੂੰ ਅਸੀਂ ਸਰਕਾਰ ਤਾਂ ਹੀ ਭਗਵੰਤ ਮਾਨ ਤਾਂ ਹੀ ਵੀ ਪਹੁੰਚ ਕਰਾਂਗੇ। ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਕਿ 10 ਤਰੀਕ 'ਤੇ ਅਸੀਂ ਖੜ੍ਹੇ ਹਾਂ ਬਠਿੰਡੇ ਵੱਲੋਂ ਚੌਂਕੀ 'ਚ ਪਥਰਾਲਾ ਵਿਖੇ। ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕਿਸੇ ਨੇ ਅਤੇ ਮੰਗ ਪੱਤਰ ਨਹੀਂ ਹੁੰਦੇ ਜਾਣ ਵਾਲੇ ਹਾਂ ਕਿ ਸਾਡੇ ਪਰਚੇ ਰੱਦ ਕੀਤੇ ਜਾਣ। ਮਾਮਲਾ ਜੇਬ ਸੀ ਅਤੇ ਇੱਕ ਕਿਸਾਨ 'ਤੇ ਜੋ ਜ਼ਮੀਨ ਪੱਧਰ ਕਰ ਰਹੇ ਸੀ ਆਪਦੀ, ਉਹਦੇ ਪਰਚਾ ਕੱਟਤਾ ਮਾਈਨਿੰਗ ਦਾ ਵੀ ਪਰਚਾ ਰੱਦ ਕੀਤੇ ਜਾਣ ਅਤੇ ਵੱਡਾ ਸੰਘਰਸ਼ ਕਰਾਂਗੇ ਜੀ ਅਸੀਂ ਜੀ ਸਰਕਾਰ ਨੂੰ ਮੰਗ ਪੱਤਰ ਦੇਣ ਡੀਸੀ ਸਾਹਿਬ ਨੂੰ ਵੀ ਸਾਡੇ ਜਿਹੜੇ ਪਰਚੇ ਉਹ ਰੱਦ ਕੀਤੇ ਜਾਣ। ਪਰਚਾ ਸਾਡੇ 'ਤੇ ਮਿੱਟੀ ਚੁੱਕ ਰਹੇ ਸੀ ਜੀ, ਉਹਦਾ ਪਰਚਾ ਪਾਇਆ ਹੋਇਆ, ਅਸੀਂ ਜ਼ਮੀਨ ਪੱਧਰ ਕਰ ਰਹੇ ਸੀ, ਨਾ ਕਿ ਉਹਦੇ 'ਚ ਕੋਈ ਮਾਈਨਿੰਗ ਸੀ। ਇਹ ਕੋਈ ਦਰਿਆਵੀ ਧਰਤੀ ਤਾਂ ਹੈ ਨਹੀਂ, ਮਾਲਵੇ ਦੇ ਟਿੱਬੇ ਨੇ, ਟਿੱਬਿਆਂ ਨੂੰ ਪੱਧਰ ਕਰਨ ਦਾ ਸਾਡਾ ਪੂਰਾ ਹੱਕ ਹੈ, ਅਸੀਂ ਆਪਦੀਆਂ ਜ਼ਮੀਨਾਂ ਸਿੰਚਾਈ ਯੋਗ ਬਣਾਉਣੀਆਂ ਨੇ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡੇ ਪਰਚੇ ਰੱਦ ਕੀਤੇ ਜਾਣ ਅਤੇ ਸਾਨੂੰ ਦੁਬਾਰਾ ਅਸੀਂ ਆਪਦੇ ਕੰਮ 'ਤੇ ਲੱਗੀਏ, ਸਾਡੀ ਆਹੀ ਮੰਗ ਹੈ ਜੀ। ਫਿਰ ਅੱਗੇ ਦਾ ਸੰਘਰਸ਼, ਅੱਗੇ ਮੀਟਿੰਗ ਕਰਕੇ ਦੇਖਾਂਗੇ, ਇਸ ਤੋਂ 20 ਗੁਣਾ ਭਾਰੀ ਇਕੱਠ ਨਾਲ ਅਸੀਂ ਅੱਗੇ ਆਵਾਂਗੇ।